तीन दिन हो गए साढ़े लाश नू रोलते हुए। अज जे एम एल ए का मुंडा मरिया पिया हों अद्धा घंटा भी इन्हों ज्यादा सी। लाठीचार्ज सहन तैयार हाँ पर साडे भाई नू इंसाफ मिलना चाहिए जब तक असी चक्का नहीं खोलांगे। खन्ना विखे एक पेंटर दे कतल मामले विच नामजद उसकी पत्नी तियां ते सालियां नूं गिरफ्तार ना करन ते लगातार दूजे दिन पिंड वासियां ने दिल्ली अमृतसर नैशनल हाईवे जाम कीता अते पंजाब सरकार खिलाफ जम के नारेबाजी कीती है। रोस वजों तीन दिनों बाद भी परिवार वालियां ने मृतक देह दा अंतिम संस्कार नहीं कीता। दरअसल पेंटर दा काम करन वाले पिंड पट्टियां वासी कुलविंदर सिंह दी शक्की हालातां च मौत दी घटना संबंधी पुलिस ने मृतक दी पत्नी दो धीआं ते दो सालियां खिलाफ मुकदमा दर्ज कीता सी, लेकिन गिरफ्तारी ना होण करके पिंड वासियां अंदर रोस है जिस कारण लगातार दूजे दिन नैशनल हाईवे जाम करदे होए पुलिस खिलाफ नारेबाजी कीती गई है। जो मेरे फादर साहब सी, मेरे फादर साहब वर्गे सी, आंढ गवांढ च असीं रहिंदे सी, तीन दिन हो गए साढ़े लाश नू रोलते हुए। तीन दिन दे कदे सानू कहिंदे एक घंटा दे घंटे दे दो, तीन घंटे दे दो। अज ये लोग कहिंदे ने सानू एतवार दे दो। अज जे एम एल ए का मुंडा मरिया पिया हुंदा अद्धा घंटा भी इन्हां नू ज़्यादा सी। सड़कां दे मुजलम हुंदे सी उदों इन्हां नू हथ कड़ियां दिख जांदियां ने। अज गरीब का मुंडा मरिया होया अज इन्हां नू एतवार चाहीदा। उत्ते च जे दुनिया बोलदी आ सड़कां दे आउंदी आ मजबूर कौन करदा सतारां वाले। हुण सानू धमकियां दिंदे असीं परचे करांगे, कल नू तुहाडे वर्गे वर्दियां पाउणगे, साडे वर्गे वर्दियां पाउणगे, पर इन्ना वांगू बिकदे नहीं असीं। आ सारा कहण नू तैयार आ, मेरा पिंड सारा खड़ा गवाह इस गल दा, सारा पिंड पुलिस बिकी होई आ। अज ये कहिंदी असीं वीडियो पाउणियां फलाणा करदे आ, जद तां वीडियो पईआं नहीं जदों रुलदा हस्पताल च किसे ने उहदा पोस्टमार्टम नहीं होण दित्ता। हुणे कहिंदे आ सड़कां दे लोक बोलदे असीं वीडियो पाउणे आ, पादो जी ने वीडियो पाउणी आ। असीं लोक अपने इंसाफ नाल लड़दे आ, सानूं इंसाफ चाहीदा है। कल नूं उस फादर ते होया अज साडे ते वी होऊगा। फिर ਇਹ ਘਟਨਾ ਇਹ ਹੋਈ ਹੈ ਜੀ ਵੀ ਮੇਰਾ ਭਾਈ ਰਾਤ ਨੂੰ 10-11 ਦੇ ਵਜੇ ਘਰੇ ਗਿਆ ਅਤੇ ਉਹਨੂੰ ਛੂ ਪਹਿਲਾਂ ਹੀ ਸੀਗੀ। ਉਹਨੇ ਦੱਸਿਆ ਵੀ ਇਹ ਵੀ ਘਰ ਦੇ ਵਿੱਚ ਉੱਪਰੇ ਬੰਦੇ ਆਏ ਹੋਏ ਨੇ। ਸਾਡੇ ਯਾਰ ਦੋਸਤਾਂ ਨੇ ਉਹਨਾਂ ਨੂੰ ਕਿਹਾ ਵੀ ਤੂੰ ਭਾਈ ਸਾਡੇ ਘਰੇ ਪੈ ਜਾ। ਉਹ ਕਹਿੰਦਾ ਮੈਂ ਜਾਊਂਗਾ ਤਾਂ ਘਰੇ। ਚਲੇ ਗਿਆ ਜੀ ਘਰੇ ਉਹ ਵਿਚਾਰਾ। ਹੁਣ ਉਹਦੀ ਯਾਦ ਲੱਗੀ ਉੱਪਰੇ ਬੰਦੇ ਆਏ ਹੋਏ ਸੀਗੇ, ਉਹਨਾਂ ਦੀਆਂ ਲੱਤਾਂ ਬੰਨੀਆਂ ਮੇਰੇ ਭਾਈ ਦੀਆਂ, ਗਲਾ ਬੰਨਿਆ ਅਤੇ ਉਹਨੂੰ ਗਲ ਫਰਾਹਾ ਦੇ ਕੇ ਮਾਰਤਾ। ਚਲੋ ਸਵੇਰੇ 9 ਵਜੇ ਉਹਨੇ ਰੌਲਾ ਪਾਤਾ, ਕਹਿੰਦੀ ਅਟੈਕ ਹੋ ਗਿਆ, ਅਟੈਕ ਹੋ ਗਿਆ। ਸਾਰੇ ਪਰਿਵਾਰ ਨੇ ਮੰਨ ਲਿਆ ਵੀ ਭਾਣਾ ਵਰਤ ਗਿਆ। ਚਲੋ ਕੋਈ ਨਹੀਂ, ਭਾਣਾ ਵਰਤ ਕੇ ਰੱਬ ਦਾ ਨਾਂ ਲੈ ਕੇ ਅਸੀਂ ਉਹਨੂੰ ਨਲਾਉਣ ਲੱਗੇ। ਕਹਿੰਦੀ ਇਹਨੂੰ ਨਲਾਓ ਨਾ, ਛਿੱਟਾ ਦੇ ਕੇ ਲੈ ਜਾਓ। ਅਸੀਂ ਕਿਹਾ ਵੀ ਕਾਤੇ ਨਾਲ ਨਲਾਈਏ, ਇਹ ਕਿਹੜਾ ਗਲਿਆ ਹੋਇਆ ਵਾ। ਜਦ ਮੇਰੀ ਭੈਣ ਦੇ ਭਤੀਜੇ ਉਹਨੂੰ ਨਲਾਉਣ ਲੱਗੇ, ਮੈਂ ਤਾਂ ਗੱਡੀ ਲੈ ਕੇ ਗਿਆ ਹੋਈ ਸੀ, ਅੱਜੇ ਆਇਆ ਵਾਂ। ਜਦ ਇਹਦੀ ਭੈਣ ਦੇ ਭਤੀਜੇ ਨਲਾਉਣ ਲੱਗੇ ਤਾਂ ਉਹਨਾਂ ਨੇ ਦੇਖਿਆ ਤਾਂ ਗਲੇ ਦੇ ਵਿੱਚ ਨਿਸ਼ਾਨ ਬਣਿਆ ਸੀ ਭਾਜੀ, ਤੇ ਕੱਫਣ ਕੁੱਫਣ ਪਿੰਨੇ ਪੁੰਨੇ ਜੋ ਵੀ ਹੁੰਦਾ ਸਾਰੀ ਸਮੱਗਰੀ ਟੋਟਲ ਉਹਦੇ ਕੋਲ ਪਹਿਲਾਂ ਲਿਆਂਦੀ ਹੋਈ ਸੀਗੀ। ਤੇ ਉਹਦੇ ਇਹ ਕਾਂਡ ਦੇ ਵਿੱਚ ਸਾਡੀ ਭਰਜਾਈ, ਦੋਹੇ ਕੁੜੀਆਂ ਤੇ ਦੋਹੇ ਸਾਲੇ, ਦੋ ਤਿੰਨ ਉੱਪਰੇ ਬੰਦੇ ਵੀ ਨੇ ਜੀ। ਤੇ ਹੁਣ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਸਾਨੂੰ ਕਹਿੰਦੇ ਜੀ ਸਾਨੂੰ 2 ਘੰਟੇ ਦੇ ਦਿਓ, 2 ਘੰਟੇ ਛੱਡੋ, ਅਸੀਂ ਜੀ 3 ਦਿਨ ਦੇਤੇ। ਨਹੀਂ ਹੁਣ ਤੁਸੀਂ ਹਾਈਵੇ ਜਾਮ ਕੀਤਾ ਤਾਂ ਪੁਲਿਸ ਨੇ ਕੋਈ ਤੁਹਾਡੀ ਗੱਲ ਹੋਈ? ਹੁਣ ਪੁਲਿਸ ਨੇ ਗੱਲ ਕੀ ਹੈ ਜੀ, ਥੱਲੇ ਸਾਡੀ ਮਾਤਾ ਬੈਠੀ ਸੀਗੀ, ਉਹ ਹੈਗੀ ਆ ਬਜ਼ੁਰਗ, ਉਹ 'ਤੇ ਪ੍ਰੈਸ਼ਰ ਪਾਇਆ ਇਹਨਾਂ ਨੇ, ਕਹਿੰਦੇ ਐਤਵਾਰ ਨੂੰ ਤੁਹਾਡੀ ਸੁਣਵਾਈ ਹੋ ਜੂਗੀ। ਜੇ ਪੁਲਿਸ ਚਾਹੇ ਅਸੀਂ ਜਿੰਨੇ ਵੀ ਇੱਥੇ ਖੜ੍ਹੇ ਹਾਂ 1 ਘੰਟੇ ਦੇ ਵਿੱਚ ਸਾਨੂੰ ਅੰਦਰ ਕਰ ਸਕਦੇ ਨੇ, ਇਹ ਇੰਨੀ ਪਾਵਰ ਇਹਨਾਂ ਦੇ ਵਿੱਚ ਹੈਗੀ ਆ, ਪਰ ਇਹਨਾਂ ਦੇ ਹੱਥ ਉੱਥੇ ਤੱਕ ਕਦੇ ਨਹੀਂ ਪਹੁੰਚ ਰਹੇ। ਪੁਲਿਸ ਤੁਹਾਡੀ ਵੀਡੀਓ ਕਿਉਂ ਬਣਾ ਰਹੀ ਹੁਣ? ਕੀ ਇਹ ਹੁਣ ਸਾਡੇ 'ਤੇ ਪ੍ਰੈਸ਼ਰ ਪਾ ਰਹੇ ਨੇ? ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਸਾਡੇ ਤੇ ਲਾਠੀ ਚਾਰਜ ਵੀ ਹੋ ਜੇ, ਪਰ ਅਸੀਂ ਮਰਨ ਨੂੰ ਤਿਆਰ ਹਾਂ, ਲਾਠੀ ਚਾਰਜ ਸਹਿਣ ਨੂੰ ਤਿਆਰ ਹਾਂ, ਪਰ ਸਾਡੇ ਭਾਈ ਨੂੰ ਇਨਸਾਫ ਮਿਲਣਾ ਚਾਹੀਦਾ ਜਦ ਤੱਕ ਅਸੀਂ ਚੱਕਾ ਨਹੀਂ ਖੋਲਾਂਗੇ। ਉੱਥੇ ਮੌਕੇ ਤੇ ਪਹੁੰਚੇ SP ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਕਤਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਕੰਪਲੇਂਟ ਆਈ ਸੀ ਵੀ ਹਾਂ ਬੰਦੇ ਦਾ ਉਹਨਾਂ ਨੇ ਮਰਡਰ ਕਰਤਾ, ਚਲੋ ਉਹਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਹਾਂ ਵੀ ਕੀ ਹੋਇਆ ਸਾਰਾ ਕੁਝ, ਅਤੇ ਉਹਦੇ 'ਚ ਡਾਕਟਰਸ ਨਾਲ ਸਲਾਹ ਕਰਕੇ ਜੋ ਵੀ ਹੈ ਇਹ ਹੁਣ ਜਿੱਤੇ ਅੜੇ ਹੋਏ ਨੇ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਉਹਦੀ FIR ਅਸੀਂ ਲੌਂਚ ਕਰਤੀ ਸੀ, ਜੋ ਇਹਨਾਂ ਦਾ ਸਟੇਟਮੈਂਟ ਸੀਗਾ ਉਹ ਡਾਕਟਰਸ ਤੋਂ ਰਿਪੋਰਟ ਲੈ ਰਹੇ ਹਾਂ, ਅਤੇ ਹਾਲੇ ਥੋੜ੍ਹਾ ਜਿਵੇਂ ਵੀ ਸਾਨੂੰ ਸਰਕਮਸਟਾਂਸੀ ਲੱਗਦੇ ਨੇ ਉਸ ਹਿਸਾਬ ਨਾਲ ਅਸੀਂ ਇਹਨਾਂ ਤੋਂ ਟਾਈਮ ਮੰਗ ਰਹੇ ਵੀ ਹਾਂ ਵੀ ਸਾਨੂੰ ਪਹਿਲਾਂ ਐਵੀਡੈਂਸ ਟਾਈਮ ਮਿਲੇ ਵੀ ਹਾਂ ਵੀ ਅਸੀਂ ਉਸ ਹਿਸਾਬ ਨਾਲ ਐਵੀਡੈਂਸ ਇਕੱਠੇ ਕਰਕੇ ਜਿਹੜੇ ਵੀ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ।
ਤੇ ਸਰ ਜਿਹੜਾ ਅੱਜ ਤਾਂ ਇਹਨਾਂ ਨੇ ਦਿੱਤਾ ਨੈਸ਼ਨਲ ਹਾਈਵੇ ਜਾਮ ਕਰਤਾ, ਲੋਕ ਵੀ ਫਸੇ ਨੇ, ਐਂਬੂਲੈਂਸਾਂ ਤੱਕ ਫਸੀਆਂ ਨੇ ਤੇ ਹੋਰ ਵੀ ਜਿਵੇਂ ਕੋਈ ਐਮਰਜੈਂਸੀ ਕੋਈ ਬਿਮਾਰ ਆ ਕੁਛ ਹੋਰ ਆ ਤਾਂ ਇਸ ਕੀ ਹੈਗਾ ਜੀ ਪੂਰਾ ਇਹ ਪ੍ਰੋਪਰ ਵੀਡੀਓਗ੍ਰਾਫੀ ਹੋ ਰਹੀ ਹੈ ਜੀ, ਜੋ ਅੱਗੇ ਸਾਨੂੰ ਹੁਕਮ ਹੋਊਗਾ ਉਸ ਹਿਸਾਬ ਨਾਲ ਕਰਾਂਗੇ ਜੀ ਅਸੀਂ ਕਾਰਵਾਈ। ਜਿਹੜੇ ਬੰਦਿਆਂ ਦੇ ਇਹਨਾਂ ਨੇ ਨਾਮ ਲਿਖਾਏ ਨੇ ਕੀ ਉਹਨਾਂ 'ਤੇ ਕਾਰਵਾਈ ਹੋ ਗਈ, ਪਰਚਾ ਦਰਜ ਹੋ ਗਿਆ? ਉਹਨਾਂ 'ਤੇ ਪਰਚਾ ਦਰਜ ਹੋ ਚੁੱਕਾ ਹੈ, ਕਾਰਵਾਈ ਹੋ ਗਈ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਐਵੀਡੈਂਸ ਆਊਗਾ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ। ਖੰਨਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ, ਤਾਕਤ, ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ, ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ, ਉਮਰ ਹੋਵੇ 25 ਜਾਂ 80, ਹੁਣ ਹੋਵੇਗਾ ਪੱਕਾ ਇਲਾਜ। ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਘੱਟ ਸ਼ਕਰਾਣੂ, ਸੁਪਨ ਦੋਸ਼, ਨਾ ਮਰਦੀ, ਮਰਦਾਨਾ ਕਮਜ਼ੋਰੀ ਇੱਕ ਵਾਰ ਜ਼ਰੂਰ ਅਜ਼ਮਾਓ। ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ। ਮੋਬਾਈਲ ਨੰਬਰ 9850 6476, 98144 6476।